ਤਾਂ ਚੋਰਾਂ ਦੀ ਸਪੋਰਟ ਦੇ ਵਿੱਚ ਆਏ ਨਿਹੰਗ ਸਿੰਘ ਪਿੰਡ ਵਾਲਿਆਂ ਨੂੰ ਬੁਰੀ ਤਰੀਕੇ ਦੇ ਨਾਲ ਕੁੱਟ ਗਏ। ਜੀ ਹਾਂ, ਤਸਵੀਰਾਂ ਦੇਖੋ, ਕੁਝ ਨਿਹੰਗ ਸਿੰਘ ਨੌਜਵਾਨਾਂ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹੋਣਗੇ। ਦਰਅਸਲ ਇਹਨਾਂ ਨਿਹੰਗ ਸਿੰਘਾਂ ਦਾ ਸਾਥੀ ਚੋਰ ਜਿਹੜਾ ਕਿ ਪਿੰਡ ਵਾਲਿਆਂ ਨੇ ਫੜ ਲਿਆ ਸੀ, ਅਤੇ ਉਹਨਾਂ ਦੀ ਸਪੋਰਟ ਦੇ ਵਿੱਚ ਇਹ 12 ਤੋਂ 13 ਨਿਹੰਗ ਸਿੰਘ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ, ਆਪਣੇ ਬੰਦਿਆਂ ਨੂੰ ਛੁਡਾਉਂਦੇ ਨੇ ਅਤੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਜਿਨ੍ਹਾਂ ਨੇ ਚੋਰ ਫੜੇ ਸੀ ਉਹਨਾਂ ਨੂੰ ਭਜਾ ਭਜਾ ਕੇ ਕੁੱਟਿਆ ਜਾਂਦਾ ਹੈ। ਗਲੀ ਦੇ ਵਿੱਚ ਲੱਗੇ CCTV ਕੈਮਰਿਆਂ ਦੇ ਵਿੱਚ ਇਹ ਸਾਰਾ ਕੁਝ ਕੈਦ ਹੋਇਆ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਿਹੰਗ ਸਿੰਘ ਚੋਰਾਂ ਦੀ ਨਹੀਂ, ਚੋਰਾਂ ਨੂੰ ਫੜਨ ਵਾਲਿਆਂ ਦੀ ਪਿਟਾਈ ਕਰ ਰਹੇ ਨੇ। ਅਕਸਰ ਦੇਖਿਆ ਜਾਂਦਾ ਹੈ ਨਿਹੰਗ ਸਿੰਘ ਇਨਸਾਫ ਦਿਵਾਉਂਦੇ ਨੇ ਅਤੇ ਚੋਰਾਂ ਦੇ ਖਿਲਾਫ ਖੜ੍ਹੇ ਹੁੰਦੇ ਨੇ, ਨਸ਼ਿਆਂ ਦੇ ਖਿਲਾਫ ਖੜ੍ਹੇ ਹੁੰਦੇ ਨੇ, ਪਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਚੋਰਾਂ ਦੀ ਸਪੋਰਟ ਕਰਨ ਆਏ ਸੀ ਇਹ ਨਿਹੰਗ ਸਿੰਘ। ਹੁਣ ਪੂਰਾ ਮਹੱਲਾ, ਪੂਰਾ ਪਿੰਡ ਹੈ ਜਿਹੜਾ, ਉਹ ਇਹਨਾਂ ਨਿਹੰਗ ਸਿੰਘਾਂ ਦੇ ਖਿਲਾਫ ਹੋ ਗਿਆ। ਦਰਅਸਲ ਸੰਗਰੂਰ ਦਾ ਪਿੰਡ ਤੋਲਾਵਾਲ, ਜਿੱਥੇ ਦੋ ਘੋੜੀਆਂ ਨੂੰ ਚੋਰ ਚੋਰੀ ਕਰਨ ਆਉਂਦੇ ਨੇ, ਪਿੰਡ ਵਾਲੇ ਲੋਕ ਉਹਨਾਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਖੰਬੇ ਦੇ ਨਾਲ ਬੰਨ੍ਹ ਦਿੰਦੇ ਨੇ। ਜਿਸ ਤੋਂ ਬਾਅਦ ਇਹਨਾਂ ਨਿਹੰਗ ਸਿੰਘਾਂ ਨੂੰ ਪਤਾ ਚੱਲਿਆ ਕਿ ਇਹਨਾਂ ਦੇ ਬੰਦੇ ਇਸ ਪਿੰਡ ਦੇ ਲੋਕਾਂ ਨੇ ਫੜ ਲਏ ਨੇ, ਤਾਂ ਇਹ ਨਿਹੰਗ ਸਿੰਘ ਇਕੱਠੇ ਹੋ ਕੇ ਆਉਂਦੇ ਨੇ, ਹੱਥਾਂ 'ਚ ਤਲਵਾਰਾਂ ਡੰਡੇ ਲੈ ਕੇ ਆਉਂਦੇ ਨੇ, ਗਲੀਆਂ ਦੇ ਵਿੱਚ ਭਜਾ ਭਜਾ ਕੇ ਲੋਕਾਂ ਨੂੰ, ਪਿੰਡ ਵਾਲਿਆਂ ਨੂੰ ਕੁੱਟਦੇ ਹੋਏ CCTV 'ਚ ਕੈਦ ਹੋਏ ਨੇ। ਅਤੇ ਹੁਣ ਪਿੰਡ ਵਾਲਿਆਂ ਨੇ ਰੋਸ ਦਿਤਾਉਂਦੇ ਹੋਏ ਕਿਹਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤੇ ਕੱਲ ਉਹ ਆਪਣੇ ਪਿੰਡ ਦੇ ਵਿੱਚ ਪੋਲਿੰਗ ਬੂਥ ਨਹੀਂ ਲੱਗਣ ਦੇਣਗੇ, ਇੱਕ ਵੀ ਜਣਾ ਇਸ ਪੂਰੇ ਪਿੰਡ ਦਾ ਵੋਟ ਨਹੀਂ ਪਾਉਣ ਜਾਏਗਾ। ਆਓ ਸੁਣਦੇ ਹਾਂ ਪਿੰਡ ਵਾਲਿਆਂ ਦੀ ਕੀ ਪ੍ਰਸ਼ਾਸਨ ਅੱਗੇ ਬੇਨਤੀ ਹੈ। ਇਹੀ ਮਤਲਬ ਨਿੰਦਣਯੋਗ ਹੀ ਘਟਨਾ ਹੈ, ਜਿਵੇਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਮੈਂ ਕਹਿੰਦਾ ਐਂ ਕਦੀ ਸਾਡੇ ਪਿੰਡਾਂ 'ਚ ਪੰਜਾਬ 'ਚ ਐਂ ਨਹੀਂ ਕਦੀ ਹੋਇਆ ਸੀ। ਇੱਕ ਗਰੀਬ ਪ੍ਰਜਾਪਤੀ, ਉਹਦੀ ਘੋੜੀ ਪਾਲੀ ਹੋਈ, ਜੇ ਉੱਥੇ ਕੋਈ ਘਾਹ ਫੂਸ ਖਾਂਦੀ ਹੈ ਤਾਂ ਆ ਕੇ ਤੁਸੀਂ ਗੁਰੂ ਘਰ ਦੇ ਵਿੱਚੋਂ, ਗੁਰੂ ਘਰ ਦਾ ਵੀ ਨਾਮ ਬਦਨਾਮ ਕਰਦੇ ਹੋ, ਆ ਕੇ ਨਿਹੰਗ ਸਿੰਘ ਆ ਗਏ ਦੋ ਵੀ ਸਾਨੂੰ ਇਹ ਵਛੇਰੀ ਅਸੀਂ ਲੈ ਕੇ ਜਾਣੀ ਹੈ। ਜੇ ਉਹਨਾਂ ਨੇ ਮਨਾ ਕਰਤਾ ਤਾਂ ਤੁਸੀਂ ਆਪਦੇ 10-15 ਹੋਰ ਸਾਥੀਆਂ ਨੂੰ ਬੁਲਾ ਕੇ ਘਰਾਂ ਦੇ ਵਿੱਚ ਵੜ ਕੇ ਕਿਰਪਾਨਾਂ ਨਾਲ, ਡਾਂਗਾਂ ਨਾਲ, ਹੋਰ ਚੀਜ਼ਾਂ ਨਾਲ ਕਿਵੇਂ ਅਟੈਕ ਕੀਤਾ, ਇੱਕ ਦੇ ਤਾਂ ਸਿਰ ਦੇ ਵਿੱਚ ਇੰਨੀ ਸੱਟ ਵੱਜੀ, ਔਰ ਕਿਵੇਂ ਭਾਜੜਾਂ ਪਈਆਂ, ਕਿਵੇਂ ਲੋਕਾਂ ਨੇ ਜਾਨ ਬਚਾਈ, ਪੁਲਿਸ ਕੁਛ ਕਰ ਨਹੀਂ ਰਹੀ, ਕਿੰਨੀ ਮਾੜੀ ਗੱਲ ਹੈ। ਇਹ ਗਰੀਬ ਜ਼ਰੂਰ ਹੈ ਪਰ ਇਸ ਤਰ੍ਹਾਂ ਥੋੜ੍ਹੀ ਵੀ ਆਪਾਂ ਕਰ ਸਕਦੇ ਹਾਂ। ਅੱਜ ਪਿੰਡ ਸਾਰਾ ਇਕੱਠਾ, ਕੱਲ੍ਹ ਨੂੰ ਪੰਜਾਬ ਸਾਰਾ ਇਸ ਪਿੱਛੇ ਇਕੱਠਾ ਹੋਊਗਾ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੁੰਡਾਗਰਦੀ ਐਂ ਚੱਲ ਰਹੀ, ਔਰ ਅੱਜ ਮੇਰਾ ਖਿਆਲ ਹੈ 18-20 ਘੰਟੇ ਹੋ ਗਏ ਇੰਸੀਡੈਂਟ ਨੂੰ, ਹਜੇ ਤੱਕ ਬੰਦੇ ਅਰੈਸਟ ਨਹੀਂ ਹੋਏ। ਕਹਿੰਦੇ ਅਸੀਂ 307-452 ਲਾਤੀ ਹੈ, ਉਹ ਤਾਂ ਲੱਗਣੀ ਹੈ, ਤੁਸੀਂ ਦੂਰ ਤੋਂ ਆ ਕੇ ਪੂਰੀ ਰਾਏਬੰਦੀ ਨਾਲ ਅਟੈਕ ਕਰਦੇ ਹੋ, ਆ ਕੇ ਕਿਰਪਾਨਾਂ ਨਾਲ ਕਰਦੇ ਹੋ, ਬੰਦਿਆਂ ਨੂੰ ਭਜਾਉਣੇ ਹੋ, ਅਤੇ ਇਹ ਧਾਰਾ ਤਾਂ ਠੀਕ ਹੈ ਲੱਗੜੀ, ਪਰ ਅਰੈਸਟ ਹੋਣੇ ਚਾਹੀਦੇ ਹੈ। ਅਸੀਂ ਸਾਡਾ ਬਾਈਕਾਟ ਹੈ ਵੋਟਾਂ ਦਾ ਇਸ ਸੰਬੰਧੀ, ਜੋ ਕਿ ਕੱਲ੍ਹ ਸਾਡੇ ਪਿੰਡ ਵਿੱਚ 10-12 ਬੰਦੇ ਆ ਕੇ ਪਿੰਡ ਦੇ ਜੋ ਗਰੀਬ ਪ੍ਰਜਾਪਤ ਸਨ ਉਹਨਾਂ ਦੀਆਂ ਦੋ ਘੋੜੀਆਂ ਸਨ, ਉਹ ਘੋੜੀਆਂ ਖੋਣ ਵਾਸਤੇ ਪਿੰਡ ਵਿੱਚ ਆ ਗਏ। ਉੱਥੋਂ ਜਦੋਂ ਪਿੰਡ ਦੇ ਬੰਦੇ ਹਟਾਉਣ ਲੱਗੇ ਉਹਨਾਂ 'ਤੇ ਆਹ ਮੇਰੇ ਵੀਰ ਦੇ ਸੱਟਾਂ ਮਾਰੀਆਂ, ਇੱਕ ਦੇ ਸਿਰ 'ਚ ਕਿਰਪਾਨ ਮਾਰੀ, ਗੁੰਡਾਗਰਦੀ ਦਾ ਨਾਚ ਕਰਕੇ ਗਏ ਹਨ। ਇਹਨਾਂ ਨੂੰ ਨੱਥ ਪਾਉਣ ਵਾਸਤੇ ਮੈਂ ਬੇਨਤੀ ਕਰਦਾ ਸਾਰੇ ਹੀ ਪ੍ਰਸ਼ਾਸਨ ਨੂੰ ਕਿ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਅਸੀਂ ਵੋਟਾਂ ਨਹੀਂ ਪਾਉਣੀਆਂ। ਸਾਡਾ ਬਾਈਕਾਟ,
ਸਾਰੇ ਨਗਰ ਨੇ, ਸਾਡੇ ਸਾਬਕੇ ਸਰਪੰਚ ਖੜ੍ਹੇ ਨੇ, ਲੀਲਾ ਸਿੰਘ, ਨਿਰਮਲ ਸਿੰਘ ਅਤੇ ਹੋਰ ਵੀ ਸਰਪੰਚ, ਸਾਰਾ ਨਗਰ ਸਾਡੇ ਨਾਲ ਹੈ। ਹਾਂਜੀ, ਸਾਰੇ ਪਿੰਡ ਦਾ ਜੀ ਫੈਸਲਾ, ਮਾਰਚ ਵੀ ਕੱਢਿਆ ਗਿਆ, ਆਥਣੇ ਫੇਰ ਮਾਰਚ ਕੱਢਾਂਗੇ 4 ਵਜੇ। ਹਾਂਜੀ, ਆਥਣੇ ਕਾਲੀਆਂ ਝੰਡੀਆਂ ਨਾਲ ਮਾਰਚ ਕੱਢਾਂਗੇ। ਹਾਂਜੀ।